ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲ ਹੀ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਸੋ ਕਰ ਲਓ ਸਬਸਕ੍ਰਾਈਬ ਸਰਕਾਰ ਹੋ ਤੁਸੀਂ ਆਪ ਸਮਝ ਸਕਦੇ ਹੋ ਅਤੇ ਇਹ ਕਹਿਣਾ ਵੀ ਅਦਾਲਤ ਦੀ ਬਜਾਏ ਸੋਸ਼ਲ ਮੀਡੀਆ 'ਤੇ ਖੇਡੋ ਆ ਕੇ ਇਹ ਤਾਂ ਕੋਈ ਗੱਲਾਂ ਨਹੀਂ ਬਣਦੀਆਂ ਹੈਗੀਆਂ ਇਸ ਤਰ੍ਹਾਂ ਦੀ ਅਦਾਲਤ ਦਾ ਇੱਕ ਪ੍ਰੋਵੀਜ਼ਨ ਹੈ ਸਾਡੀ ਬਾਬਾ ਜੀ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਕੁਝ ਦਿਨ ਪਹਿਲਾਂ ਉਦੋਂ ਬਾਅਦ ਰਣਜੀਤ ਸਿੰਘ ਢੱਡੇ ਨਾਲ ਤੁਹਾਡੇ ਖਿਲਾਫ ਫਿਰ ਕੋਈ ਬਿਆਨ ਦਿੱਤਾ ਹੈਗਾ ਕੀ ਕਹਿਣਾ ਚਾਹੁੰਦੇ ਹੋ ਇਸ ਸੰਬੰਧ 'ਚ ਤੁਸੀਂ ਦੇਖੋ ਜੀ ਮੈਂ ਉਹਦੇ ਬਾਰੇ ਇਹੀ ਕਹਿਣਾ ਚਾਹੁੰਦਾ ਕਿ ਇਹ ਮਾਮਲਾ ਜਿਹੜਾ ਹੈ ਇਹ ਸਬ ਜੁਡੀਸ਼ਲ ਹੋ ਚੁੱਕਿਆ ਅਦਾਲਤ ਦੇ ਵਿੱਚ ਹੈ ਦਰਜ ਹੋ ਚੁੱਕਿਆ ਅਤੇ ਜਿਹੜਾ ਅੱਜ ਉਹਨਾਂ ਬਿਆਨ ਦਿੱਤਾ ਹੈ ਇਹ ਬਹੁਤ ਹੀ ਉਹਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਸਾਨੂੰ ਗੱਲਾਂ ਸਾਹਮਣੇ ਆ ਰਹੀਆਂ ਨੇ ਅਤੇ ਉਹਦੇ ਵਿੱਚ ਉਹਨੇ ਅੱਜ ਦੁਬਾਰੇ ਮੁੜ ਕੇ ਫੇਰ ਬੜੇ ਗੰਭੀਰ ਸਾਡੇ 'ਤੇ ਇਲਜ਼ਾਮ ਲਾ ਦਿੱਤੇ ਜਿਹੜੇ ਇਲਜ਼ਾਮ ਲਾਏ ਨੇ ਉਹਨਾਂ ਲਈ ਹੁਣ ਸਾਡੇ ਵਕੀਲ ਸਾਹਿਬ ਜਿਹੜਾ ਉਹ ਤੈਅ ਕਰਨਗੇ ਕਿ ਕਾਨੂੰਨ ਦੇ ਮੁਤਾਬਕ ਉਹ ਜਿਹੜੀ ਕਾਰਵਾਈ ਆ ਉਹ ਹੋਊਗੀ ਆਇਆ ਨਵਾਂ ਕੇਸ ਦਰਜ ਕੀਤਾ ਜਾਏਗਾ ਡੈਫਰਾਮੇਸ਼ਨ ਜਾਂ ਕੋਈ ਹੋਰ ਕੀਤਾ ਜਾਏਗਾ ਜਾਂ ਉਸੇ ਕੇਸ ਦੇ ਵਿੱਚ ਇਹ ਐਡਮਿਟ ਹੋਏਗਾ ਜਾਂ ਇਹ ਕੰਟੈਂਪਟ ਆਫ ਕੋਰਟ ਹੈ ਇਹ ਮੈਂ ਇਹਦੇ ਬਾਰੇ ਨਹੀਂ ਕਹਿ ਸਕਦਾ ਇਹ ਵਕੀਲ ਸਾਹਿਬ ਦੱਸ ਸਕਦੇ ਮੈਂ ਇਹ ਦੱਸ ਸਕਦਾ ਪਰ ਜੋ ਉਹਨੇ ਅੱਜ ਇਲਜ਼ਾਮ ਲਾਏ ਨੇ ਅਸੀਂ ਇਹਦੇ 'ਤੇ ਕਾਨੂੰਨੀ ਕਾਰਵਾਈ ਕਰਾਂਗੇ ਦੇਖੋ ਜੀ ਹਜੇ ਨਹੀਂ ਇਹ ਭਵਿੱਖ ਦੀਆਂ ਗੱਲਾਂ ਨੇ ਇਸ ਕਰਕੇ ਇਹਦੇ 'ਤੇ ਮੈਂ ਹਜੇ ਕੋਈ ਕਮੈਂਟ ਨਹੀਂ ਕਰ ਸਕਦਾ ਕਿਉਂਕਿ ਮੈਂ ਵਾਰ ਵਾਰ ਕਹਿ ਰਿਹਾ ਮਾਮਲਾ ਕੋਰਟ ਦੇ ਵਿੱਚ ਆ ਅੱਜ ਮੈਂ ਕੋਈ ਕਮੈਂਟ ਕਰ ਦੇਵਾਂ ਅਤੇ ਇਹ ਗੱਲ ਜਿਹੜੀ ਹੈ ਇਹ ਹਜੇ ਸਵਾਲ ਨਹੀਂ ਬਣਦਾ ਹੈਗਾ ਹਜੇ ਤੱਕ ਕੋਈ ਕੇਸ ਦਾਇਰ ਹੋਇਆ ਇਸ ਕਰਕੇ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਨਾ ਤਾਂ ਉਲਟ ਕੇਸ ਦਾਇਰ ਹੋਏ ਤੋਂ ਬਾਅਦ ਸਾਡੇ 'ਤੇ ਵੱਡੇ ਇਲਜ਼ਾਮ ਲਾ ਦਿੱਤੇ ਇਸ ਕਰਕੇ ਉਹ ਤਾਂ ਮਤਲਬ ਅਦਾਲਤ ਨੂੰ ਵੀ ਕੋਈ ਨਹੀਂ ਅਹਿਮੀਅਤ ਦਿੱਤੀ ਹੈ ਬਾਬਾ ਜੀ ਕਿਹੜੇ ਕਿਹੜੇ ਇਲਜ਼ਾਮ ਨੇ ਬਰੀਫ ਕਰੋਗੇ ਤੁਸੀਂ ਮੈਂ ਦੇਖੋ ਨਹੀਂ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਾ ਕਿ ਮੈਂ ਇਹ ਗੱਲ ਜਿਹੜੀ ਆ ਇਹ ਕੋਰਟ ਦੇ ਵਿੱਚ ਆ ਜੋ ਅੱਜ ਅਖਬਾਰਾਂ ਦੇ ਵਿੱਚ ਆਇਆ ਤੁਸੀਂ ਅਖਬਾਰ ਪੜ੍ਹ ਲਓ ਅਤੇ ਉਹਨਾਂ ਦੇ ਉੱਤੇ ਜਿਹੜਾ ਸਾਡੇ ਵਕੀਲ ਸਾਹਿਬ ਜਿਹੜੇ ਨੇ ਉਹ ਜਿਹੜਾ ਸਲਾਹ ਕਰਕੇ ਜੋ ਅਗਲੀ ਕਾਨੂੰਨੀ ਕਾਰਵਾਈ ਹੋਊਗੀ ਜਿੱਦਣ ਹੋਊਗੀ ਤੁਹਾਨੂੰ ਬੁਲਾ ਕੇ ਦੱਸ ਦਿਆਂਗੇ ਫਿਰ ਇਹ ਇਲਜ਼ਾਮ ਸੱਚੇ ਆ ਝੂਠੇ ਆ ਇਹ ਤਾਂ ਦੱਸ ਸਕਦੇ ਹੋ ਬਿਲਕੁਲ ਜੋ ਜਿਹੜਾ ਅਸੀਂ ਕੇਸ ਦਾਇਰ ਕੀਤਾ ਉਹ ਇਸ ਗੱਲ ਦਾ ਕੀਤਾ ਜਿਹੜਾ 6 ਜੁਲਾਈ ਨੂੰ ਉਹਨੇ ਸਾਡੇ 'ਤੇ ਮੇਰਾ ਨਾਂ ਲੈ ਕੇ ਔਰ ਮੇਰੇ ਪਿਤਾ ਸੰਤ ਬਾਬਾ ਹਰੀ ਸਿੰਘ ਜੀ ਦਾ ਨਾਂ ਲੈ ਕੇ ਜਾਤੀ ਹਮਲੇ ਕੀਤੇ ਉਹਦੇ 'ਤੇ ਕੀਤਾ ਅਤੇ ਅੱਜ ਉਹਨੂੰ ਰੰਗਤ ਕੁਛ ਹੋਰ ਦੇਣਾ ਚਾਹੁੰਦਾ ਮਤਲਬ ਜਿਹੜੀ ਆ ਪ੍ਰਚਾਰ ਦੀ ਉਹਦਾ ਮੈਂ ਕਲੀਅਰ ਕੀਤਾ ਇਹ ਇਸ ਕਰਕੇ ਮੈਂ ਤੁਹਾਨੂੰ ਜਿਹੜਾ ਹੈਗਾ ਇੱਥੇ ਬੁਲਾਇਆ ਜਿਹੜੇ ਐਲੀਗੇਸ਼ਨ ਲਾਏ ਨੇ ਸੱਚੇ ਕਿ ਝੂਠੇ ਇਹਨਾਂ ਕੋਲ ਦੱਸੋ ਤੁਸੀਂ ਜੇ ਇਹ ਸੱਚੇ ਹੋਣ ਤਾਂ ਫਿਰ ਅਸੀਂ ਕਾਨੂੰਨ ਕੋਲ ਜਾਵਾਂਗੇ ਤੁਸੀਂ ਆਪ ਸੋਚੋ ਜੇ ਸੱਚੇ ਹੋਣਗੇ ਫਿਰ ਅਸੀਂ ਕਾਨੂੰਨ ਦਾ ਸਹਾਰਾ ਲਵਾਂਗੇ ਇਸੇ ਕਰਕੇ ਕਾਨੂੰਨ ਕੋਲ ਜਾ ਰਹੇ ਹਾਂ ਵੀ ਜੋ ਕੁਛ ਇਹਨੇ ਪਹਿਲਾਂ ਵੀ ਝੂਠਾ ਸਾਡੇ 'ਤੇ ਜਿਹੜੀਆਂ ਕੀਤੀਆਂ ਅਤੇ ਹੁਣ ਫਿਰ ਕਰ ਰਿਹਾ ਜੇ ਟਲ ਨਹੀਂ ਰਿਹਾ ਹੈਗਾ ਬਾਬਾ ਇੱਕ ਗੱਲ ਤੁਸੀਂ ਹੋਰ ਕਹੀ ਹੈ ਵੀ ਇਹ ਹੋਰ ਧਰਮਾਂ ਦੇ ਵੀ ਹੋਰ ਧਰਮਾਂ ਬਾਰੇ ਮਾੜਾ ਬੋਲਦੇ ਰਹੇ ਹਾਂ ਬਿਲਕੁਲ ਤੁਸੀਂ ਇਹਦਾ ਆਪਣਾ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਜਿੱਥੇ ਇਹਦੇ ਉਹ ਸੋਸ਼ਲ ਮੀਡੀਆ 'ਤੇ ਪਈ ਹੈ ਜੀ ਅਤੇ ਉਹ ਤੁਸੀਂ ਉਹਦੇ 'ਤੇ ਦੇਖ ਸਕਦੇ ਹੋ ਕਿਉਂਕਿ ਪਲੀਜ਼ ਇਹ ਮਾਮਲਾ ਸਬ ਜੁਡੀਸ਼ਲ ਹੋ ਚੁੱਕਿਆ ਹੈ ਇਸ ਵਕਤ ਮੈਂ ਇਸ ਲਈ ਮੈਨੂੰ ਲੱਗਦਾ ਨਹੀਂ ਵੀ ਕਾਨੂੰਨ ਮੈਨੂੰ ਇਸ ਗੱਲ ਦੀ ਇਜਾਜ਼ਤ ਦਿੰਦਾ ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ ਸੱਚ ਅਤੇ ਹੱਕ ਦੀ ਆਵਾਜ਼ ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ ਪੰਜਾਬ TV ਕਰੇਗਾ ਸੱਚ ਦਾ ਖੁਲਾਸਾ ਤੁਸੀਂ ਦੇਖਦੇ ਰਹੋ ਪੰਜਾਬ TV ਸੱਚ ਅਤੇ ਹੱਕ ਦੀ ਆਵਾਜ਼